ਸਮੇਂ ਪੱਥਰਾਂ ਕੇ ਝੁਕੀ ਹੋਈ ਦੁਨੀਆ, ਦਰਖਤਾਂ ਕੇ ਝੁਕੀ ਹੋਈ ਦੁਨੀਆ, ਪੱਥਰ ਦੀਆਂ ਮੂਰਤੀਆਂ ਕੇ ਝੁਕੀ ਹੋਈ ਦੁਨੀਆ ਇੱਕ ਖੁਦਾ ਦੇ ਸਾਹਮਣੇ ਝੁਕਾ ਦਿੱਤੀ ਹੈ। ਤੇ ਜਿਸ ਮਹਬੂਬ ਨੇ ਰੱਬ ਦੀ ਤੌਹੀਦ ਦਾ ਦਰਸ ਦਿੱਤਾ ਹੈ, ਜਿਸ ਨਬੀ ਨੇ ਸਾਨੂੰ ਰੱਬ ਦੀ ਪਹਿਚਾਣ ਦੱਸੀ ਹੈ, ਉਸ ਹਬੀਬ ਨੂੰ ਭੁੱਲ ਜਾਂਦੀ ਹੈ। ਉਸਦੇ ਕੋਲੋਂ ਹਟ ਕੇ ਡਾਇਰੈਕਟ ਡਾਇਲੋਗ ਕਰੀਏ, ਉਹ ਅਸੀਂ ਗਏ ਨੀ ਨਮਾਜ਼ ਪੜ੍ਹਨ ਵਾਸਤੇ ਹੜੱਪਾ ਸਾਈਡ ਤੇ ਇੱਕ ਮਸਜਿਦ ਦੇ ਵਿੱਚ, ਉੱਥੇ ਵਜ਼ੂ ਵਾਲੀ ਜਗ੍ਹਾ ਤੇ ਲਿਖਿਆ ਹੋਇਆ ਅੱਲਾਹ ਤਾਲਾ ਦਾ ਟੈਲੀਫੋਨ ਨੰਬਰ। ਮੈਂ ਆ ਕਿਹਾ ਲਾਇਆ ਬਈ ਆਏ ਹੱਡੋ ਮੌਜ ਬਣ ਗਈ ਹੈ, ਲਵ ਅੱਲਾਹ ਤਾਲਾ ਕਾ ਟੈਲੀਫੋਨ ਨੰਬਰ ਵੀ ਆਇਆ ਤੇ ਅੱਜ ਕੱਲ੍ਹ ਮੋਬਾਈਲਾਂ ਦੀ ਕਮੀ ਨਹੀਂ, ਹੁਣ ਤਾਂ ਐਵੇਂ ਹੀ ਸਿਰ ਖਪੈਂਦੇ ਰਹੇ ਸੋਹਣੇ ਰੱਬ ਦੇ ਨਾਲ ਮੁਲਾਕਾਤ ਕਰਨੇ ਆਏ ਨਾਲੇ ਗੱਲਬਾਤ ਕਰਨੇ ਆਏ। ਜਦੋਂ ਉਹਦੇ ਨੰਬਰਾਂ ਨਾਲ ਗੌਰ ਕੀਤਾ ਉੱਤੇ ਨਿਮਾਜ਼ ਦੀਆਂ ਰਕਾਤਾਂ ਲਿਖੀਆਂ ਹੋਣ, ਗੱਲ ਸੁਣਦੇ ਬੈਠੇ ਨਿਮਾਜ਼ ਦੀਆਂ ਰਕਾਤਾਂ ਲਿਖੀਆਂ ਹੋਣ। ਅੱਗੇ ਜੇ ਫਜ਼ਲ ਵੇਲੇ ਅੱਲਾਹ ਪਾਕ ਦੇ ਨਾਲ ਡਾਇਲਿੰਗ ਕਰਨੀ ਹੋਵੇ ਗੱਲਬਾਤ ਤੇ ਚਾਰ ਨੰਬਰ ਡਾਇਲ ਕਰਨੇ, ਜ਼ੁਹਰ ਵੇਲੇ 12 ਕਰਨੇ ਨੇ, ਅਸਰ ਵੇਲੇ 8 ਕਰਨੇ ਨੇ, ਵੈਸੇ 4 ਨਾਲ ਵੀ ਕੰਮ ਚੱਲ, ਮਗਰਬ ਵੇਲੇ 7 ਕਰਨੇ ਤੇ ਇਸ਼ਾ ਵੇਲੇ ਥੋੜੇ ਜਿਹੇ ਨੰਬਰ ਜ਼ਿਆਦਾ ਡਾਇਲ ਕਰਨੇ, ਬਦਲੇ ਸੇ ਵਾਸਤੇ ਨਿਮਾਜ਼ੀ ਘੱਟ ਹੁੰਦਾ, ਸਧਾਰਨ ਨੰਬਰ ਡਾਇਲ ਕਰਨੇ। ਲਓ ਜੀ ਅਸੀਂ ਲੱਗ ਮਗਰ ਗਏ ਜਨਾਬ, ਫਜਰ ਵੀ ਪੜ, ਜ਼ੁਹਰ ਵੀ ਪੜ, ਅਸਰ ਵੀ ਪੜ, ਮਗਰਬ ਵੀ ਪੜ, ਇਸ਼ਾ ਵੀ ਪੜ, ਅੱਲਾ ਅੱਲਾ ਕਰ, ਬੜੀ ਡਾਇਰੈਕਟ ਡਾਇਲਿੰਗ, ਪਰ ਕੋਈ ਗੱਲਬਾਤ ਨਾ, ਕੋਈ ਸਰੂਰ ਨਾ। ਮੈਂ ਆਖਿਆ ਯਾਰ ਕਮਾਲ ਵਾਲੀ ਗੱਲ ਏ, ਅਦੂਏ ਬੇਲੀ ਵੀ ਬੜਾ ਜਨਾਬ, ਸਣੇ ਲੋਟਾ, ਸਣੇ ਮੁਸੱਲਾ, ਸਣੇ ਬਿਸਤਰਾ, ਦਿਨ ਰਾਤ ਜਨਾਬ ਤਬਲੀਗਾ ਤੇ ਡਾਇਲਿੰਗ ਕਰ ਕਰ ਕਰਕੇ ਸਿਰ ਖਪਾ, ਮਗਾ ਕੁਝ ਮਿਲਿਆ ਜੇ ਕਈ ਸ਼ਹਿਰ ਯਾਰ ਅੱਲਾ ਗੱਲ ਕੀ ਏ, ਇਹ ਤਾਂ ਅੱਲਾ ਤਾਲਾ ਦਾ ਟੈਲੀਫੋਨ ਨੰਬਰ ਏ, ਡਾਇਲਿੰਗ ਨਹੀਂ ਹੁੰਦੀ ਪਈ, ਆਵਾਜ਼ ਆਈ ਉਹ ਮੀਆਂ ਮੁਲਕੋਂ ਬਾਹਰ ਕਾਲ ਕਰਨੀ ਹੋਵੇ ਕੋਲ ਵੀ ਨਾ, ਤੁਹਾਨੂੰ ਨਹੀਂ ਸਮਝ ਆਉਂਦੀ, ਉਲਕੂ ਬਹਿਲ ਕਾਰ ਕਰਨੀ ਹੋਵੇ ਕੋਡ ਮਿਲਾਉਣਾ ਪੈਂਦਾ ਹੈ, ਬਗੈਰ ਕੋਡ ਦੇ ਲੱਗਾ। ਮੈਂ ਆਖਾਂ ਯਾਰ ਕੋਡ ਕਿੱਥੋਂ ਮਿਲੇਗਾ, ਉਹ ਨਾ ਕਿਹਾ ਕੋਡ ਮਿਲੇਗਾ ਐਕਸਚੇਂਜ ਤੋਂ, ਮਗਾ ਐਕਸਚੇਂਜ ਕਿੱਥੇ, ਉਹ ਨਾ ਕਿਹਾ ਬੜੀਆਂ ਐਕਸਚੇਂਜਾਂ ਨੇ, ਜਿਹਨਾਂ ਨੂੰ ਐਕਸਚੇਂਜ ਨਹੀਂ ਮਿਲਣੀ ਉਹਨਾਂ ਨੂੰ ਕੋਡ ਨਹੀਂ ਮਿਲਣਾ, ਜਿਹਨਾਂ ਨੂੰ ਕੋਡ ਨਹੀਂ ਮਿਲਣਾ ਉਹਨਾਂ ਦੀ ਰੱਬ ਨਾਲ ਮੁਲਾਕਾਤ ਨਹੀਂ ਹੋਣੀ। ਮਖਾ ਯਾਰ ਐਕਸਚੇਂਜਾਂ ਕਿੱਥੇ ਨੇ, ਉਹਨਾਂ ਕਿਹਾ ਜੀ ਬੜੀਆਂ ਐਕਸਚੇਂਜਾਂ ਨੇ, ਅਗਰ ਜਾਓ ਪਾਕ ਪਤਨ ਦੇ ਵਿੱਚ ਇੱਕ ਐਕਸਚੇਂਜ ਪਾਕ ਪਤਨ ਵਿੱਚ ਜਿਸ ਨੂੰ ਬਾਬਾ ਇੱਕ ਐਕਸਚੇਂਜ ਲਾਹੌਰ ਵਿੱਚ ਜਿਸ ਨੂੰ ਦਾਤਾ ਕਹਿੰਦੇ ਨੇ, ਇੱਕ ਐਕਸਚੇਂਜ ਅਜਮੇਰ ਵਿੱਚ ਜਿਸ ਨੂੰ ਸ਼ਾਹੇ ਅਜਮੇਰੀ ਕਹਿੰਦੇ ਨੇ, ਇੱਕ ਐਕਸਚੇਂਜ ਸਰਹੰਦ ਵਿੱਚ ਜਿਸ ਨੂੰ ਮੁਜੱਦਦ ਅਲਫੇ ਸਾਨੀ ਕਹਿੰਦੇ ਨੇ, ਜਿਹੜੇ ਬਗੈਰ ਐਕਸਚੇਂਜ ਦੇ ਬਗੈਰ ਕੋਡ ਦੇ ਟੱਕਰਾਂ ਮਾਰ 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 ਕੇ ਉਹ ਕਾਈ ਸ਼ਾਇ ਮੱਥੇ ਲੱਗੀ ਜੇ ਕੁਝ ਨਹੀਂ ਮਿਲਿਆ। ਆ ਮੇਰੇ ਮੁਸਲਮਾਨ ਭਾਈ ਬੜਾ ਖੁਸ਼ ਨਸੀਬ ਹੈ ਸੁਣੀ ਰੱਬ ਦੀ ਤੌਹੀਦ ਦੇ ਟੰਕੇ ਵਜਾਵੇ ਸੁਣੀ। ਮੈਂ ਆਪਣੇ ਮਸਲਕ ਦਾ ਤਰਜਮਾਨ ਹੋਣ ਦੇ ਨਾਤੇ ਅਕੀਦੇ ਦੀਆਂ ਗੱਲਾਂ ਕਰਨਾ ਜ਼ਰੂਰੀ ਸਮਝਣਾ, ਸਿਰਫ ਤਬਲੀਗ ਇਸੇ ਚੀਜ਼ ਦਾ ਨਾ ਨਹੀਂ, ਚਾਰ ਸ਼ੇਰ ਸੁਣਾਇਆ ਰੁਪਈਏ ਵਾਲੇ ਤੇ ਅਸਲਾਮ ਅਲੈਕੁਮ, ਕੁਛ ਮੇਰੇ ਮਸਲਕ ਦੀ ਜ਼ਿੰਮੇਦਾਰੀ ਹੈ ਮੇਰੇ ਤੇ। ਅਜ਼ੀਜ਼ਾਂ ਨੇ ਮੁਹਤਰਮ, ਜਿਤਨੀਆਂ ਮਰਜ਼ਾਂ ਨਾ ਦੁਨੀਆਂ ਤੇ ਬੜੀਆਂ ਮਰਜ਼ਾਂ ਨੇ, ਕਿਸੇ ਦਾ ਮੇਦਾ ਖਰਾਬ ਹੈ, ਕਿਸੇ ਦਾ ਜਿਗਰ ਖਰਾਬ ਹੈ, ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਮਰਜ਼, ਜਿਵੇਂ ਜ਼ਹਿਰੀ ਮਰਜ਼ਾਂ ਨੇ ਇਵੇਂ ਬਾਤਨੀ ਮਰਜ਼ਾਂ ਨੇ, ਕੁਝ ਤਾਂ ਉਹ ਨੇ ਜਿਹੜੇ ਰੱਬ ਦੀ ਤੌਹੀਦ ਤੇ ਹੀ ਮੁਨਕਰ ਨੇ, ਜੇ ਅੱਲਾ ਨੂੰ ਮੰਨਦੇ ਨੇ ਰਸੂਲ ਨੂੰ ਨਹੀਂ ਮੰਨਦੇ, ਜੇ ਰਸੂਲ ਨੂੰ ਮੰਨਦੇ ਨੇ ਉਸਦੇ ਪਾਕ ਸਿਹਾਬਾ ਨੂੰ ਨਹੀਂ ਮੰਨਦੇ, ਜੇ ਸਿਹਾਬਾ ਨੂੰ ਮੰਨ ਲਵੇ ਤੇ ਪੰਜ ਤਨ ਪਾਕ ਨੂੰ ਨਾ ਮੰਨਣ ਦੀ ਬਿਮਾਰੀ, ਤੇ ਜੇ ਪੰਜ ਤਨ ਪਾਕ ਨੂੰ ਮੰਨ ਲੈਣ ਤੇ ਸਿਹਾਬਾ ਨੂੰ ਨਾ ਮੰਨਣ ਦੀ ਬਿਮਾਰੀ। ਜਿਤਨੇ ਮਸਾਲਿਕ ਮਜ਼ਾਹਿਬ ਤਰਤੀਬਾਂ ਤੇ ਜਮਾਤਾਂ ਕੇ ਹਰ ਕੋਈ ਕਿਸੇ ਨਾ ਕਿਸੇ ਮਰਜ਼ ਵਿੱਚ ਮੁਬਤਲਾ ਹੈ, ਪੂਰੀ ਰੂਹੇ ਜ਼ਮੀਨ ਦੇ ਵਿੱਚ ਫਕਤ ਮਸਜਿਦ ਮਸਲਕ ਹੱਕ ਅਹਲੇ ਸੁਨਨਤ ਵ ਜਮਾਤ ਹੈ, ਜਿਹੜਾ ਹਰ ਤਰਫੋਂ ਫਿੱਟ ਹੈ, ਮੈਡੀਕਲੀ ਤੌਰ ਤੇ ਹਰ ਤਰਫੋਂ ਫਿੱਟ ਹੈ, ਜਿਹਨੂੰ ਕੋਈ ਬਿਮਾਰੀ ਨਹੀਂ, ਅੱਲਾ ਦੀ ਤੌਹੀਦ ਦੇ ਡੰਕੇ ਵਜਾਵੇ ਤੇ ਸੁਣੀ, ਸਿਹਾਬਾ ਦੇ ਡਰ ਤੇ ਮੰਗਦਾ ਬਣ ਕੇ ਖੜੋਵੇ ਤੇ ਸੁਣੀ,
سے آئی ہے محمد کی صدا خانی، ارے نبی کو دور کہنا ایک اتنا سی عقیدت ہے، جہاں یہ ذکر ہوتا ہو وہ ساری بات گل یاد ہے۔ میں اس پاس تر پیا، گل یاد ہے جی میں کرتا بیٹھا سا، ایک بندہ آتا جی جیڑی گل ہو جڑا مقرر ہوتا ہے نا اس مقیت بل لفظ نہیں کیتا جا سکتا، وہ آل راؤنڈر ہوتا ہے، ہر قسم کی گل کرنی پی۔ عام مسلمان بھائی میں گل پہ کرنا، اللہ خالق کائنات جل مجد کریم رب رحیم نے سید کائنات نو کائنات سے محبوس فرمایا، تیرے تے میرے پاک نبی نے کونین دے والی نے دسیا ہے میاں بیٹیاں دا کی ہے، پتراں دا کی ہے، ماواں دا کی ہے، اے ماما نو ماوا دے مقام دے والا لا، دیاں نو عظمتاں تے شاناں دے والا لا، کونین دا والی آ گیا ہے۔ عزیزان محترم تیرے تے میرے پاک نبی نے آ کے حق دسے نے، اے بندہ آیا میرے پاک نبی دے کول آ کے رکھتا کرتا ہے سونیا کملی والیا، اللہ دے لاڈلے نبی کلمہ پڑھیا ہے، آخری بات کلمہ پڑھیا ہے، کلمہ پڑھ کے مسلمان ہو گیا تے رومن پہ گیا۔ خدا دے پاک نبی نے فرمایا میاں روتا کیوں ہے، آدھا سونے کملی والے جڑیاں پچھلیاں بیتیاں نے انہاں نو پیار رونا، میرے نبی فرمایا میاں، میرے نبی فرمایا کی کوئی کردار ہے، میرے پاک پیغمبر نے فرمایا کی کرتا رہا ہے، عرض کرتا ہے سونیا اے رب دے لاڈے نبی میں قبیلے دا سردار ہاں، اُدھوں جہالت دا دور ہے، لوگ تیاں مار چھوڑ دے، لوگ اپنیاں بچیاں مار دے لے، جہالت دا دور ہے، اب تک کملی والے آ میں 70 بچیاں اپنے قبیلے دیا ماریاں نے، بیوی حامل ہے میں چلا جاواں پردیس، میں بیوی نو نصیحت کیتی کجا اللہ دی بندی جے کردی ہوے تا مار چھوڑی، پتر ہوے تا رکھ چھوڑی، میں پردیس چلا گیا، مینوں اللہ رب العالمین نے دی عطا کیتی، مینوں خالق کائنات نے بیٹی عطا کیتی، میں پردیس چلا گیا، پر دل مڑتے گئے نے، دن بیتے گئے نے، واقعہ مختصر عرض پیا کرنا، واپس آیا مینوں اللہ نے بچی دیتی، میں جدو آیا دروازے تے میں دستک دیتی، اندروں ایک معصوم جی بچی نے دروازہ کھولیا، میں پوچھا بیوی نو اے بچی کنا دی اے، کہن لگی اے تیری بیٹی اے، میں کہیا ماری کیوں نہیں ہوں، کہتی اے میں تا ماں جدو معصوم چہرہ ویکھنی آ ماری نہیں گئی، جدو میں چہرہ ویکھنی ہوں میرے کول ماری نہیں گئی، آقا کملی والے سید کائنات دی پاک بارگاہ دے وچ اپنی پپتا بیان پہ کرتا ہے، اپنی کہانی پہ سناتا ہے، گزریا ہے بنتاں دیاں گلاں پہ کرتا ہے، عرض پہ کرتا ہے سونیا کملی والے اک دیہاڑے میری نیت بدل گئی، میں بچی نوں لابے والا لے لیا، میں بچی نو لے لیا، لے کے تے چل پیا، چلتا چلتا جنگل پیاں پان دے وچ آیا، بیٹی میری میرے نال اے، میری انگلی پکڑی ہوئی اے تے چلدی آندی اے، میں پچھدا پیا چلدی آندی اے، تھوڑی دور گئی اے آندی اے بابا تے کتنی دیر باقی اے، چل چل کے میرے پیر تھک گئے نے، میں آندا پیا بیٹا منزل قریب ہے بس پہنچن والے ہیں، جدو سونے ہیں جنگل بیا پان آیا ہے، آس پاس آبادی کوئی نہیں، بندہ کوئی نہیں، آقا میں قبر کرنی شروع جا کیتی ہے، میں ٹویا کرنا شروع جا کیتا ہے، معصوم بچی کدے ٹوئے وال بیندی ہے، کدے میرے چہرے وال بیندی ہے، میرے متھے تے پسینہ آیا، انہیں دل وچ سوچیا ہونا ہے باپے دیا گئے پتر تینوں کھلونے لے کے دین چلیا، اج میں تیرے لار لٹاون چلیا، پر ٹویا کس لئی کٹیا جا رہے ہے، دل وچ سوچ دی ہونی ہے لوگ اللہ دے پاک نبی دی پاک بارگاہ دے وچ یہ باتاں بیان پیا کرتا ہے، عرض کرتا ہے سونیا میرے متھے تے پسینہ آ گیا، میرے متھے تے پسینہ آیا، میری بیٹی نے میرا پسینہ صاف کیتا، اپنے چھوٹے چھوٹے ہتھاں دے نال مٹی بار کر دیے تے نال صاف بھی کر دیے، آدھیے بابا تو تھک گیا ہے بیٹا مٹی میں کر
ਅਜੀਜ਼ਾਰੇ ਮੋਦਰਮ ਉਹ ਮਿੱਟੀ ਕਰਦੀ ਏ ਪਈ ਜਦੋਂ ਕਬਰ ਬਣ ਗਈ ਏ ਬਾਪ ਨੇ ਪਕੜਿਆ ਬੱਚੀ ਨੂੰ ਕਬਰ ਵਿੱਚ ਸੁੱਟਿਆ ਏ ਮਿੱਟੀ ਪਾਣੀ ਸ਼ੁਰੂ ਕੀਤੀ ਜਦੋਂ ਮਿੱਟੀ ਪਾਣੀ ਸ਼ੁਰੂ ਕੀਤੀ ਮਿੱਟੀ ਪਾਣੀ ਸ਼ੁਰੂ ਕੀਤੀ ਹੈ ਤੇ ਬੱਚੀ ਦੀਆਂ ਚੀਖਾਂ ਨਿਕਲ ਗਈਆਂ ਰੋਂਦਿਆਂ ਦੀ ਹੈ ਜ਼ਾਲਿਮ ਬਾਬਲਾ ਮੈਂ ਸਾਰੀ ਜ਼ਿੰਦਗੀ ਆਪਣੀ ਮਾਂ ਕੋਲੋਂ ਪੁੱਛਦੀ ਰਹੀਆਂ ਅੰਮੀ ਮੇਰਾ ਬਾਪ ਕਦੋਂ ਆਵੇਗਾ ਮੇਰਾ ਬਾਬਾ ਕਦੋਂ ਆਵੇਗਾ ਜ਼ਾਲਿਮ ਬਾਬਲਾ ਜੇ ਆਇਆ ਹੈ ਤਾਂ ਮਾਰਨਾ ਸ਼ੁਰੂ ਚ ਕੀਤਾ ਹੀ ਮੈਨੂੰ ਦੱਸ ਸਹੀ ਮੇਰਾ ਕਸੂਰ ਕੀ ਹੈ ਰੋ ਕੇ ਆਂਦਾ ਹੈ ਬੇਟੀ ਤੇਰਾ ਇੱਕੋ ਕਸੂਰ ਹੈ ਕਿ ਤੂੰ ਧੀ ਮੀਆਂ ਮੁਹੰਮਦ ਬਖਸ਼ ਦਾ ਕਲਮ ਉੱਠਿਆ ਆਪੇ ਲਿਖਦੇ ਨੇ ਧੀਆਂ ਲਈ ਪਰਦੇਸ ਮੇਂ ਬਾਬਲ ਜਗੀਰਾ ਓਏ ਪੁੱਤਰਾ ਲਈ ਜਗੀਰਾ ਚੁੱਪ ਕਰ ਰਹਿਣਾ ਤੇ ਕੁਛ ਨਾ ਕਹਿਣਾ ਹਿੰਨ ਧੀਆਂ ਦੀਆਂ ਤੱਕਦੀ ਚੁੱਪ ਕਰ ਰਹਿ ਕੁਛ ਨਹੀਂ ਕਹਿਣਾ ਹਿੰਨ ਧੀਆਂ ਦੀਆਂ ਤੱਕਦੀਰਾ ਉਹ ਮੈਂ ਸਦਕੇ ਜਾਵਾਂ ਸਰਬੇ ਖੜੀ ਸ਼ਰੀਫ ਕੋਲੋਂ ਮੀਏ ਮੁਹੰਮਦ ਬਖਸ਼ ਕੋਲੋਂ ਕਿਹੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ ਸਾਦੀਆਂ ਸਾਦੀਆਂ ਪਰ ਯਾਦ ਰੱਖੀ ਆਮ ਬੰਦੇ ਦਾ ਬੋਲਣਾ ਹੋਰ ਬਲੀ ਦਾ ਬੋਲ ਆਪਣੇ ਕਿਹੜੇ ਰਿਸ਼ਤੇ ਬਿਆਨ ਕੀਤੇ ਆਪ ਕਹਿੰਦੇ ਪਏ ਨੇ ਵੀਰ ਅਤੇ ਮਾਵਾਂ ਠੰਡੀਆਂ ਛਾਂ ਇਹ ਕਿਹੜੀਆਂ ਸੋਹਣੀਆਂ ਗੱਲਾਂ ਕੀਤੀਆਂ ਲੋਕ ਆਏ ਆਉਂਦੇ ਨੇ ਮੀਆਂ ਮੁਹੰਮਦ ਬਖਸ਼ ਯਾਰ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਨੇ ਇਹ ਤੇਰਾ ਨਾਮ ਵੀ ਤਾਂ ਮੁਹੰਮਦ ਹੈ ਆਂਦਾ ਲੋਕੋ ਤੋਬਾ ਕਰੋ ਇਹ ਮੁਹੰਮਦ ਕੁਝ ਹੋਰ ਉਹ ਮੁਹੰਮਦ ਇਹ ਮੁਹੰਮਦ ਇਹ ਠੱਗ ਮੁਹੰਮਦ ਓ ਮੀਆਂ ਇਹ ਮੁਹੰਮਦ ਚੋਰ ਓਏ ਇਹ ਮੁਹੰਮਦ ਚੋਰ ਜਿਸ ਦਾ ਦੁਨੀਆ ਜਿਸ ਦਾ ਦੁਨੀਆ ਕਲਮਾ ਪੜਨੀ ਓ ਮੁਹੰਮਦ ਹੋਰੇ ਬੜੇ ਖੁਸ਼ ਨਸੀਬ ਉਹ ਲੋਕ ਜਿਹੜੇ ਨਾ ਪਾਕ ਦਾਤਾਂ ਦੇ ਨਾਲ ਵਾਪਸਤਾ ਰਹਿੰਦੇ ਨੇ ਇਹਨਾਂ ਪਾਕਸਤੀਆਂ ਦੇ ਨਾਲ ਅੱਲਾ ਦੇ ਨੇਕ ਬੰਦਿਆਂ ਦੇ ਨਾਲ ਅੱਲਾ ਦੇ ਬਲੀਆਂ ਦੇ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ ਯਾਰ ਕਿਹੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ ਆਪ ਲਿਖਦੇ ਪਏ ਨੇ ਇਸ ਬਾਤ ਦੇ ਅੰਦਰ
Hey,
लख गुनाह मेरा मौला वे के है पर दे पावन वाला। आए अपने बच्चे की फरमाइश पूरी करके अपनी तकलीर खत्म करना। उन्होंने सुल्तान बाहू दे शेर का 10 शेर पढ़े। खुदा दा बंदा नहीं था, सारी रात का इो काम में रोजाना सरकार ने ड्यूटी लाई है और ये भारत में किसी का दिल नहीं तोड़ता। जरूर पढ़ना। तस्बीह फिरी
ولی نے ایویں نہیں گل کی. سارے نبی آسمان نبوت تارے دی میرا نبی آسمان نبوت دا چاندی چڑھ وے چنا ختم اور کرب ٹوٹ گئے. اللہ تعالیٰ تہاڈا بیٹھنا سننا سنانا اپنی پاک بارگاہ دے وچ قبول و منظور فرمائے, نبی پاک دا سچا تے پکا غلام بنائے. آمین سم آمین. وما علیہ الا البلاغ المبین.